अप्रैल दे विच वोटां पैण सार इस टोल प्लाजे का काम जिहड़ा निर्माण का शुरू हो गया सितंबर तक यह चल पिया सीगा। सो ये धोखा होया लोकां नाल। ते उस तो बाद जदों 2017 दे विच कांग्रेस वालों एम एल ए चुनिया गया उहदा भी टोल प्लाजे दे नाल नाम जुड़िया कि अज तो अज अद्धी रात तो बाद दोनों टोल प्लाजे संगरूर तो लुधियाने तक दो ने एक लहरा पिंड चैक इत्थे है ये दोनों टोल प्लाजे बंद हो रहे हैं। हालांकि इन्होंने मैथों 20 महीने की एक्सटेंशन मंगी सी कि कोविड करके जां किसानां दे अंदोलन करके साडा नुकसान होया सेंटर ने कोई गलत कानून बनाए एक साल उत्थे किसान जिहड़े ने ਉਹ ਧੁੱਪ ਦੇ ਵਿੱਚ ਉਹ ਠੰਡ ਦੇ ਵਿੱਚ ਮੀਹਾਂ ਨੇ ਰਹੀਆਂ ਝੱਖੜਾਂ ਦੇ ਵਿੱਚ ਬੈਠੇ ਰਹੇ ਬਾਰਡਰਾਂ 'ਤੇ ਬਾਅਦ 'ਚ ਅਚਾਨਕ ਮਾਫ਼ੀ ਮੰਗ ਕੇ ਮੋਦੀ ਸਾਹਿਬ ਚਲੇ ਗਏ ਕਿ ਗਲਤ ਕਾਨੂੰਨ ਨੇ ਤਾਂ ਫਿਰ ਗਲਤ ਕਾਨੂੰਨਾਂ ਦਾ ਜਿਹੜਾ ਮੈਚ ਹੈ ਉਹ ਸਟੇਟ ਕਿਉਂ ਭੁਗਤਦੀ ਹੈ ਜਾਂ ਨਹੀਂ ਚਾਹੇ ਕੋਈ ਮੌਜੂਦਾ ਚਾਹੇ ਸਾਬਕਾ ਜੀ ਸਾਰੇ ਹੀ ਜਿਹੜੇ ਨੇ ਉਹ ਕਾਨੂੰਨ ਮੁਤਾਬਕ ਕੋਈ ਸਾਬਕਾ ਜਾਂ ਕੋਈ ਮੌਜੂਦਾ ਨਹੀਂ ਹੁੰਦਾ ਜਿਹਨੇ ਵੀ ਕੋਈ ਕੁਛ ਕੀਤਾ ਉਹਨੂੰ ਇਨਕੁਆਇਰੀ ਦਾ ਸਾਹਮਣਾ ਕਰਨਾ 31 ਅਗਸਤ ਤੱਕ ਦੇ ਬਿੱਲ ਜਦੋਂ ਜਨਰੇਟ ਹੋ ਗਏ ਅਸੀਂ ਤੁਹਾਨੂੰ ਸਾਰੇ ਬਿੱਲ ਲਿਆ ਕੇ ਤੁਹਾਡੇ ਸਾਹਮਣੇ ਧਰਾਂਗੇ ਅਤੇ ਉਹਨਾਂ ਨੂੰ ਵੀ ਪੁੱਛਾਂਗੇ ਜਿਹੜੇ ਕਹਿੰਦੇ ਸੀ ਹੋ ਨਹੀਂ ਸਕਦਾ ਕੰਮ ਅਸੀਂ ਸਾਡੇ ਹਜੇ 6 ਮਹੀਨੇ ਵੀ ਨਹੀਂ ਹੋਏ ਅਸੀਂ 5.5 ਮਹੀਨਿਆਂ ਦੇ ਵਿੱਚ ਹੀ ਉਹ ਕੰਮ ਕਰਕੇ ਦਿਖਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਤੋਂ ਸੰਗਰੂਰ ਰੋਡ 'ਤੇ ਲੱਗੇ 2 ਟੋਲ ਪਲਾਜ਼ਾ ਬੰਦ ਕਰਵਾਉਣ ਮਗਰੋਂ ਕਿਹਾ ਕਿ ਅੱਜ ਤੋਂ ਪਹਿਲਾਂ ਬੜੇ ਮੁੱਖ ਮੰਤਰੀ ਆਏ ਪਰ ਸਿਰਫ ਉਦਘਾਟਨ ਕਰਨ ਆਉਂਦੇ ਸੀ। ਮੈਂ ਪਹਿਲਾਂ ਹੋਵਾਂਗਾ ਜੋ ਕੁਝ ਬੰਦ ਕਰਵਾਉਣ ਆਇਆ ਤੇ ਲੋਕਾਂ ਦਾ ਪੈਸਾ ਬਚਾਉਣਾ ਮੇਰਾ ਮੁੱਖ ਮਕਸਦ ਹੈ। ਦੱਸ ਦੇ ਕਿ ਲੁਧਿਆਣਾ ਤੋਂ ਸੰਗਰੂਰ ਆਉਣ ਜਾਣ ਲਈ ਰਸਤੇ 'ਚ ਲੱਗੇ 2 ਟੋਲ ਪਲਾਜ਼ਿਆਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੰਦ ਕਰਵਾ ਦਿੱਤੇ ਗਏ। ਅੱਜ ਰਾਤ 12 ਵਜੇ ਤੋਂ ਬਾਅਦ ਦੋਵੇਂ ਟੋਲ ਮੁਕੰਮਲ ਬੰਦ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਮਿਹਨਤ ਦਾ ਪੈਸਾ ਬਚਾ ਲੋਕਾਂ ਤੇ ਲਾਉਣਾ ਹੀ ਸਾਡੇ ਸਰਕਾਰ ਦਾ ਮੁੱਖ ਮਕਸਦ ਹੈ। ਇੱਕ ਮਿੰਟ ਮੈਂ ਧੂਰੀ ਹਲਕੇ ਦੇ ਲੱਡਾ ਪਿੰਡ ਦੇ ਟੋਲ ਪਲਾਜ਼ੇ ਤੇ ਆਇਆ। 2015 ਦੇ ਵਿੱਚ ਇਹ ਟੋਲ ਪਲਾਜ਼ਾ ਚੱਲਿਆ ਸੀ। 7 ਸਾਲ ਦਾ ਐਗਰੀਮੈਂਟ ਸੀ। 5/9/2015 ਨੂੰ ਇਹ ਟੋਲ ਪਲਾਜ਼ਾ ਚੱਲਿਆ ਸੀ ਅਤੇ ਅੱਜ 4/9 ਹੋ ਗਈ ਅਤੇ ਅੱਜ ਰਾਤ ਤੱਕ ਇਹ ਟੋਲ ਪਲਾਜ਼ੇ ਦੀ ਮਿਆਦ ਖਤਮ ਹੋ ਜੂਗੀ। ਦੁੱਖ ਦੀ ਗੱਲ ਇਹ ਹੈ ਕਿ ਇਸ ਟੋਲ ਪਲਾਜ਼ੇ ਦੇ ਲੱਗਣ ਤੋਂ ਪਹਿਲਾਂ ਬਾਈ ਇਲੈਕਸ਼ਨ ਹੋਈ ਸੀ। ਧੂਰੀ ਦੀ ਜੀ ਗੋਬਿੰਦ ਸਿੰਘ ਲੌਂਗੋਵਾਲ ਜੀ ਉਮੀਦਵਾਰ ਸੀ ਅਕਾਲੀ ਦਲ ਵੱਲੋਂ ਅਤੇ ਅਕਾਲੀ ਦਲ ਦੀ ਹੀ ਸਰਕਾਰ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨਾਂ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਟੋਲ ਪਲਾਜ਼ਾ ਲੱਗਣ ਨਹੀਂ ਦੇਣਾ। ਉਸ ਵੇਲੇ PWD ਮਿਨਿਸਟਰ ਪਰਮਿੰਦਰ ਸਿੰਘ ਢੀਂਡਸਾ ਸੀ ਪਰ ਅਪ੍ਰੈਲ ਦੇ ਵਿੱਚ ਵੋਟਾਂ ਦਾ ਰਿਜ਼ਲਟ ਆਇਆ ਲੋਕਾਂ ਨੇ ਇਸ ਉਮੀਦ ਨਾਲ ਵੋਟਾਂ ਪਾਈਆਂ ਕਿ ਸ਼ਾਇਦ ਟੋਲ ਪਲਾਜ਼ਾ ਨਾ ਲੱਗੇ ਪਰ ਅਪ੍ਰੈਲ ਦੇ ਵਿੱਚ ਵੋਟਾਂ ਪੈਣ ਸਾਰ ਇਸ ਟੋਲ ਪਲਾਜ਼ੇ ਦਾ ਕੰਮ ਜਿਹੜਾ ਨਿਰਮਾਣ ਦਾ ਸ਼ੁਰੂ ਹੋ ਗਿਆ ਸਤੰਬਰ ਤੱਕ ਇਹ ਚੱਲ ਪਿਆ ਸੀਗਾ। ਸੋ ਇਹ ਧੋਖਾ ਹੋਇਆ ਲੋਕਾਂ ਨਾਲ ਅਤੇ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ ਕਾਂਗਰਸ ਵੱਲੋਂ MLA ਚੁਣਿਆ ਗਿਆ ਉਹਦਾ ਵੀ ਟੋਲ ਪਲਾਜ਼ੇ ਦੇ ਨਾਲ ਨਾਮ ਜੁੜਿਆ ਕਿ ਸ਼ਾਇਦ ਕੋਈ ਨਾ ਕੋਈ ਇਹੋ ਜਿਹੀ ਗੱਲ ਹੋਈ ਹੈ ਲੋਕਾਂ 'ਚ ਪਰਸੈਪਸ਼ਨ ਚਲੀ ਗਈ। ਤਾਂ ਅੱਜ ਮੈਂ ਇਹ ਅਨਾਊਂਸ ਕਰਨ ਆਇਆ ਕਿ ਅੱਜ ਤੋਂ ਅੱਜ ਅੱਧੀ ਰਾਤ ਤੋਂ ਬਾਅਦ ਇਹ ਦੋਨੋਂ ਟੋਲ ਪਲਾਜ਼ੇ ਸੰਗਰੂਰ ਤੋਂ ਲੁਧਿਆਣੇ ਤੱਕ 2 ਨੇ ਇੱਕ ਲਹਿਰਾ ਪਿੰਡ ਚੈੱਕ ਇੱਥੇ ਹੈ ਇਹ ਦੋਨੋਂ ਟੋਲ ਪਲਾਜ਼ੇ ਬੰਦ ਹੋ ਰਹੇ ਨੇ। ਹਾਲਾਂਕਿ ਇਹਨਾਂ ਨੇ ਮੈਥੋਂ 20 ਮਹੀਨਿਆਂ ਦੀ ਐਕਸਟੈਂਸ਼ਨ ਮੰਗੀ ਸੀ ਕਿ ਕੋਵਿਡ ਕਰਕੇ ਜਾਂ ਕਿਸਾਨਾਂ ਦੇ ਅੰਦੋਲਨ ਕਰਕੇ ਸਾਡਾ ਨੁਕਸਾਨ ਹੋ ਗਿਆ ਪਰ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕੀ ਹੋਇਆ ਕਿ ਸੈਂਟਰ ਨੇ ਕੋਈ ਗਲਤ ਕਾਨੂੰਨ ਬਣਾਏ ਇੱਕ ਸਾਲ ਉੱਥੇ ਕਿਸਾਨ ਜਿਹੜੇ ਨੇ ਉਹ ਧੁੱਪ ਦੇ ਵਿੱਚ ਉਹ ਠੰਡ ਦੇ ਵਿੱਚ ਮੀਹਾਂ ਨੇ ਰਹੀਆਂ ਝੱਖੜਾਂ ਦੇ ਵਿੱਚ ਬੈਠੇ ਰਹੇ ਬਾਰਡਰਾਂ 'ਤੇ ਬਾਅਦ 'ਚ ਅਚਾਨਕ ਮਾਫ਼ੀ ਮੰਗ ਕੇ ਮੋਦੀ ਸਾਹਿਬ ਚਲੇ ਗਏ ਕਿ ਗਲਤ ਕਾਨੂੰਨ ਨੇ ਤਾਂ ਫਿਰ ਗਲਤ ਕਾਨੂੰਨਾਂ ਦਾ ਜਿਹੜਾ ਖਮਿਆਜ ਹੈ ਉਹ ਸਟੇਟ ਕਿਉਂ ਭੁਗਤੇ। ਅਤੇ ਨੰਬਰ 2 'ਤੇ ਕਰੋਨਾ ਸਾਰਿਆਂ ਵਾਸਤੇ ਸੀ। ਕਰੋਨਾ 'ਚ ਹਰ ਇੱਕ ਬੰਦੇ ਨੂੰ ਜਿਹੜਾ ਘਾਟਾ ਪਿਆ ਚਾਹੇ ਬੱਸ ਵਾਲਾ ਕੋਈ ਚਾਹੇ ਟਰੱਕ ਵਾਲਾ ਕੋਈ ਚਾਹੇ ਕੋਈ ਸਿੰਗਰ ਹੈ ਚਾਹੇ ਆਰਟਿਸਟ ਨੇ ਫਿਲਮਾਂ ਵਾਲੇ। ਸੋ ਨੈਸ਼ਨਲ ਡਿਜ਼ਾਸਟਰ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਹਨਾਂ ਦਾ ਘਾਟਾ ਪੂਰਾ ਕਰੀਏ। ਨੈਸ਼ਨਲ ਡਿਜ਼ਾਸਟਰ ਸੀ, ਕੁਦਰਤੀ ਆਫਤ ਸੀ ਅਤੇ ਉਹਦੇ ਵਿੱਚ ਬਲਕਿ ਇਹਨਾਂ ਨੂੰ ਸਾਥ ਦੇਣਾ ਬਣਦਾ ਸੀਗਾ ਕਿ ਜਿਹੜਾ ਇਹੋ ਜਿਹੇ ਮੌਕੇ 'ਤੇ ਅਸੀਂ ਜਿਹੜਾ ਸਾਥ ਦੇਵਾਂਗੇ। ਅਤੇ ਨਾਲ ਜਿਹੜੇ ਕਲੋਜ਼ ਨੇ ਕਲੋਜ਼ ਦੇ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਕਿ ਇਸ ਟੋਲ ਪਲਾਜ਼ੇ ਤੋਂ 20 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਪਾਸ ਬਣਨਗੇ ਲੋਕਾਂ ਦੇ ਉਹਨਾਂ ਨੂੰ ਜਿਹੜਾ ਉਹ ਕੁਛ ਰੁਪਈਏ ਲੈ ਕੇ ਮਹੀਨੇ ਦਾ ਪਾਸ ਬਣੂਗਾ ਉਹ ਕਿੰਨੇ ਕੁ ਬਣਾਏ ਹੋਣਗੇ। ਐਂਬੂਲੈਂਸਾਂ ਕਿੱਥੇ ਕਿੱਥੇ ਖੜੀਆਂ ਕੀਤੀਆਂ, ਕਰੇਨਾਂ ਨਾਲ ਕਿੰਨੇ ਕੁ ਐਕਸੀਡੈਂਟਾਂ ਦੇ ਜਿਹੜੇ ਇਹ ਟਰੱਕ ਟਰੁੱਕ ਜਿਹੜੇ ਖੜ ਜਾਂਦੇ ਰਸਤੇ ਜਿਹੜੇ ਬਾਅਦ 'ਚ ਐਕਸੀਡੈਂਟ ਦੇ ਕਾਰਨ ਬਣਦੇ ਨੇ ਕਿੰਨੇ ਕੁ ਪਾਸੇ ਕੀਤੇ। ਸੋ ਆਪਦੇ ਕਲੋਜ਼ ਤਾਂ ਪੂਰੇ ਨਹੀਂ ਕਰਦੇ, ਸਰਕਾਰਾਂ ਵਾਲੇ ਪਾਸੇ ਪੈਸੇ ਵਾਲੇ ਪਾਸੇ ਆ ਜਾਂਦੇ ਨੇ। ਸੋ ਇੱਦਾਂ ਨਹੀਂ ਚੱਲੂਗਾ, ਲੋਕਾਂ ਦੀ ਸਰਕਾਰ ਹੈ। ਸੋ ਅਸੀਂ ਇਹ ਫੈਸਲਾ ਜਿਹੜਾ ਕੀਤਾ ਕਿ ਦੋਨੋਂ ਟੋਲ ਪਲਾਜ਼ੇ ਬੰਦ ਕੀਤੇ ਆ। ਹਾਂਜੀ, ਦੇਖੋ ਕਾਲਜ ਬਣਾ ਰਹੇ ਹਾਂ,
इंडिया का देश का सब तो शानदार सब तो लेटेस्ट मॉडल का जिदे विच इक्यूपमेंट भी होगा तो वो असी मस्तुण साहब उत्थे लेके आ रहे हैं। कोई जमीन का पुराना सीगा कोई ट्रस्ट का तो एस जी पी सी का मैंने खुशी है कि एस जी पी सी ने तो ट्रस्ट ने कट्ठिया ने मिल के फैसला किया कि बच्चों की पढ़ाई वास्ते अपना अपने छोटे छोटे मुफाद जोड़े ने छड़ दिए तो कॉलेज जोड़ा वो अपनी अपनी जी निर्धारित तरीक है जी वो उत्ते बन के तैयार बहुत सारे नैशनल हाईवे अथॉरिटी के ने जोड़े स्टेट के भी ने उन्होंने अलग अलग डेट में उन्होंने एग्रीमेंट हुए ने उन्होंने जी एक्सपायरी है वह भी अलग अलग डेट पर है पर कोई ऐसे कारण करके कि जी ए हो गया सू आ घाटा पै गया हूँ सह इस ऐसे कारण करके असं लोगों देबा तो डाका नहीं पैना एक 60 किलोमीटर वाली शर्त जी सेंट ने रखी है वो तहत और दूजा कि जो शर्त पूरी नहीं करते नियम पूरे नहीं करते सारे साढ़ा सारे साड़ी नज़र है सारे साड़ी नज़र है जो भी सरकार बनी असं चैक कर रहे हैं कि एंबूलेंस चाहिए ने इन्ने किलोमीटर बाद लाइटा लाइनिया चाहिए ने क्रेन खड़ी होनी चाहिए ताकि जो कोई ट्रक वगैरह खराब हो गया उन्होंने इमीजिएटली सड़क तो जोड़ा है वो परे कर दिता जाए ताकि किसी दुर्घटना का कारण ना बने सो जिन्नी भी इन्होंने शर्त कलॉज के मनिया ने देखो कानून अपना काम करूगा जिन्हें जिन्होंने भी पंजाब के लोगों का धोखा किया जिन्होंने भी पंजाब के लोगों के खून पसीने की कमाई जी वो ठगी मारी है तो असी कोई इस तरह का भेदभाव नहीं कर रहे कि आ बड़ा सी आ छोटा है जो आ प्रभाव है जो कानून जोड़ा सारे लिए कोई मान साहब सड़कों का कम ठप्प पे काफ़ी लंबे समय तो किन्ने टाइम तक चालू होने जी और भी हले नाम चर्चा दे विच रहे हैं जी जेड़े साबका मंत्री ने कई ते कार्रवाई हो गई है कई और भी अजे तुहाडी लिस्ट दे विच रहे नहीं देखो ज्यों ज्यों साडे कोले सबूत आई जांदे ने ज्यों ज्यों साडे कोले शिकायतां आई जांदियां ने असीं उहनां नूं बड़ा बाज़ अख रख के अंदरों घोखदे आं कई वारी हो सकदा कोई किसी नाल खेड़ कढ़न दा मारा ना शिकायत कर दिंदा होवे वो किसी की कोई दुश्मनी होनी ना जो सूँ यह पता लग जाता कि हाँ वाकई ये घपला होया जिसे पंजाब का पैसा इनवॉल्व है जिदे लोगों की मनी इनवॉल्व है तो असी अगे परस्यू करते हैं तो वह विजिलेंस का काम है अगे वकीलों का काम है अगे हामान योग जड़िया सैशन कोर्ट्स से हाई कोर्ट का काम है कि उन्होंने जमानत देती है या नहीं चाहे कोई मौजूदा चाहे सबका जी सारे जिहड़े ने वो कानून मुताबक कोई साबका जां कोई मौजूदा नहीं हुंदा जिन्हें भी कोई कुछ किया इनक्वायरी का सामना करना पड़ेगा सड़कों का काम बहुत ज़्यादा चलूगा जी तुसी देखोगे कि आने वाले दिनों असी बहुत सारिया सड़क जिहड़ियां पिंडां दीआं ने उन्हां नूं 18-18 फुटियां कर रहे हैं और रूरल डिवेलपमेंट फंड जिहड़ा सी रुकिया पिया सी 1760 करोड़ रुपये इस करके रुके पे सी कि वो पहला वाले फंड नू किते होर मिसयूज कर गए सीगे पहला वाली सरकारां असी वो जिहड़ा एक्ट दे विच सोध करके कह के हाँ रूरल डिवेलपमेंट का जिहड़ा फंड है वो मंडी बोर्ड का पैसा है तो वो सिर्फ पिंडां दीआं सड़कां ते ही लाया जाऊगा वो असी जदों उन्हां कोल गए केंद्र सरकार कोल तां माननयोग मंत्री पीयूष चावला जी पीयूष गोयल जी ने वो जिहड़ियां सड़कां जिहड़ा पैसा साडा वो जारी करता सर सड़कां दी लगू आटा दाल स्कीम कदों चालू हो रही है जिन्हां ने नजायज बनाए हुए आटा दाल स्कीम भी बड़ी जल्दी चल रही है ते बुढ़ापा पेंशन दा भी डोर टू डोर जिहड़ा वो स्कीम आ रही है ते बाकी बिजली दे बिलां वाला जिहड़ा बिल आउण लग गए ने पर हजे 31 अगस्त तक दे जनरेट नहीं होए तो उन्होंने 31 अगस्त तक दे बिल जदों जनरेट हो गए असीं तुहानूं सारे बिल लिया के तुहाडे सामने धरांगे ते उहनां नूं भी पुछांगे जिहड़े कहिंदे सी हो नहीं सकदा काम असीं साढ़े हजे 6 महीने भी नहीं हुए असी 5.5 महीनों के ही कम करके दिखाता जे नीयत साफ हो गया तो सब कुछ हो सकता है। संगरूर तो इकवास सिंह घूमन की रिपोर्ट D5 चैनल पंजाबी। होएगी किसानां दी गल नवी खेती मशीना बीजां ते बागां दी गल लेके चलांगे तुहानू रंगले पंजाब दे खेतां वल देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी किवें बनदी है वसीयत जमीन जायदाद के हर मसले ते करांगे चर्चा देखना ना भुलना साडा खास प्रोग्राम
naibtehsildar.com। T5 चैनल पंजाबी, हुणे सब्सक्राइब करो, बेल आइकन पे क्लिक करो।